ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਗੱਲ ਕਰਨ ਜਾ ਰਹੇ ਹਾਂ ਪੰਜਾਬੀ ਸਿੰਗਰਾਂ ਨਾਲ। ਦੱਸ ਰਹੇ ਦੋਸਤੋ, ਪੰਜਾਬੀ ਸਿੰਗਰ ਜੋ ਹੈਗੇ ਨੇ ਉਹ ਪੰਜਾਬੀ 뮤직 ਇੰਡਸਟਰੀ ਨੂੰ ਨਵੇਂ ਮੁਕਾਮ ਤੇ ਲੈ ਕੇ ਜਾ ਰਹੇ ਨੇ। ਨੈਸ਼ਨਲੀ ਇੰਟਰਨੈਸ਼ਨਲੀ ਪੰਜਾਬੀ ਸਿੰਗਰਾਂ ਦੀ ਡਿਮਾਂਡ ਜਿਹੜੀ ਹੈਗੀ ਉਹ ਵੱਧਦੀ ਜਾ ਰਹੀ ਹੈ। ਜੀ ਹਾਂ ਦੋਸਤੋ, ਚਾਹੇ ਕੋਈ ਵੀ ਇਵੈਂਟ ਹੋਵੇ ਉਸ ਦੇ ਉੱਪਰ ਪੰਜਾਬੀ ਸਿੰਗਰ ਪਰਫਾਰਮ ਕਰਕੇ ਚਾਰ ਚੰਨ ਲਾ ਦਿੰਦੇ ਨੇ। ਹੁਣ ਤੁਹਾਨੂੰ ਦੱਸ ਰਹੇ ਦੋਸਤੋ, IPL ਦੇ ਵਿੱਚ ਪੰਜਾਬੀ ਸਿੰਗਰ ਜੈਸਮਿਨ ਸੈਂਡਰਸ ਨੇ ਆਪਣਾ ਕਮਾਲ ਦਿਖਾਇਆ। ਸਪੈਸ਼ਲ ਉਹਨਾਂ ਨੇ ਕਰਿਊ ਦੇ ਨਾਲ ਆਪਣਾ ਗਾਣਾ ਜਿਹੜਾ ਹੈਗਾ ਉੱਥੇ ਪ੍ਰਮੋਟ ਕੀਤਾ ਅਤੇ ਨਾਲ ਦੋਸਤੋ IPL ਦੀ ਪ੍ਰਮੋਸ਼ਨ ਦੇ ਲਈ ਉਹਨਾਂ ਨੂੰ ਬੁਲਾਇਆ ਗਿਆ ਸੀ। ਗਰਾਊਂਡ ਦੇ ਵਿੱਚੋਂ ਜੈਸਮਿਨ ਸੈਂਡਰਸ ਨੇ ਵੀਡੀਓ ਰਿਕਾਰਡ ਕਰਕੇ ਸੋਸ਼ਲ ਮੀਡੀਆ ਉੱਪਰ ਅਪਲੋਡ ਕੀਤੀ ਹੈ, ਜੋ ਤੁਹਾਡੀ ਸਕਰੀਨ ਦੇ ਉੱਪਰ ਚੱਲਦੀ ਪਈ ਹੈ। ਤੁਹਾਨੂੰ ਦੱਸ ਦੇਣਾ ਕਿ ਜੈਸਮਿਨ ਸੈਂਡਰਸ ਦੇ ਬੈਕ ਟੂ ਬੈਕ ਕਈ ਗਾਣੇ ਰਿਲੀਜ਼ ਹੋਏ ਨੇ ਅਤੇ ਉਹਨਾਂ ਗਾਣਿਆਂ ਦੀ ਪ੍ਰਮੋਸ਼ਨਸ ਦੇ ਲਈ ਜੈਸਮਿਨ ਸੈਂਡਰਸ ਲਗਾਤਾਰ ਲੱਗੀ ਹੋਈ ਹੈ। ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਵੀਡੀਓਜ਼ ਵਗੈਰਾ ਪਾਉਂਦੇ ਰਹਿੰਦੇ ਨੇ। ਹੁਣ ਦੋਸਤੋ, IPL ਦੇ ਉੱਪਰ ਮੈਚ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਹੋਈ, ਜਿੱਥੇ ਉਹਨਾਂ ਨੇ ਆਪਣੇ ਨਵੇਂ ਗਾਣੇ ਟੋਲਾ ਦੀ ਪ੍ਰਮੋਸ਼ਨ ਕੀਤੀ ਹੈ ਅਤੇ ਉੱਥੋਂ ਦੀ ਵੀਡੀਓ ਜਿਹੜੀ ਹੈਗੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਦੋਸਤੋ, ਹੋਰ ਵੀਡੀਓ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ।